ਧੰਨ ਧੰਨ ਸਤਿਗੁਰੂ ਤੇਰੇ ਆਸਰਾ। ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਵੀ ਯੂਪੀ ਦੇ ਵਿੱਚ ਇਹ ਪਰੋਲ 'ਤੇ ਬਾਰ ਬਾਰ ਜਿਹੜੀ ਸਰਕਾਰ ਆ ਇਹ ਨਕਲੀ ਬੰਦੇ ਨੂੰ ਸਾਡੇ ਸਾਹਮਣੇ ਲਿਆ ਰਹੀ ਹੈ, ਠੀਕ ਹੈ। ਇਸ ਬੰਦੇ ਦਾ ਨਾਂ ਤਾਂ ਸਾਡੇ ਸਤਿਗੁਰ ਨਾਲ ਕੋਈ ਸੋਚ ਜੁੜਦੀ ਹੈ, ਠੀਕ ਹੈ, ਨਾ ਹੀ ਉਹ ਰਸਤੇ ਨੇ ਜਿਨ੍ਹਾਂ 'ਤੇ ਸਾਨੂੰ ਸਤਿਗੁਰ ਨੇ ਚੱਲਣਾ ਸਿਖਾਇਆ। ਇਸ ਕਰਕੇ ਇਸ ਬੰਦੇ ਦਾ ਨਿਰਪੱਖ ਨਿਰੋਲ ਇਹਦਾ ਜਿਹੜੀ ਹੈਗੀ ਹੈਗੀ ਉਹ ਜਾਂਚ ਕੀਤੀ ਜਾਵੇ, ਠੀਕ ਹੈ। ਜਾਂਚ ਕਰਨ ਨਾਲ ਹੀ ਸਾਰਿਆਂ ਦੇ ਸਾਹਮਣੇ ਕੀ ਸੱਚ ਹੈ ਕੀ ਝੂਠ ਹੈ ਇਹ ਆਊਗਾ। ਸਾਡੀ ਸਾਰੀਆਂ ਸਰਕਾਰਾਂ ਨੂੰ ਬੇਨਤੀ ਹੈ, ਸਰਕਾਰਾਂ ਤਾਂ ਛੱਡੋ ਯਾਰ, ਸਾਡੀ ਸਾਧ ਸੰਗਤ ਨੂੰ ਬੇਨਤੀ ਹੈ ਵੀ ਸਾਧ ਸੰਗਤ ਕੀ ਪਹਿਚਾਣ ਨਹੀਂ ਸਕਦੀ, ਇਹਦੀ ਸੋਚ ਕੀ ਹੈ, ਆਪਣੇ ਸਤਿਗੁਰ ਦੀ ਸੋਚ ਕੀ ਸੀ ਯਾਰ, ਆਪਾਂ ਕਿੱਧਰ ਨੂੰ ਚੱਲ ਰਹੇ ਹਾਂ, ਮੈਨੂੰ ਸਮਝ ਨਹੀਂ ਆ ਰਹੀ ਵੀ ਜੋ ਆਪਣੇ ਸਤਿਗੁਰ ਨੇ ਆਪਾਂ ਨੂੰ ਸਿਖਾਇਆ ਉਸ ਚੀਜ਼ ਦੇ ਉਲਟ ਲੈ ਕੇ ਜਾ ਰਿਹਾ ਇਹ ਬੰਦਾ। ਉਹ ਬਾਣੀ ਨਹੀਂ ਹੈਗੀ ਜਿਹੜੀ ਮੁੱਖ ਦੇ ਵਿੱਚੋਂ ਸਤਿਗੁਰ ਫਰਮਾਉਂਦੇ ਹੁੰਦੇ ਸੀ, ਆਉਣ ਵਾਲੇ ਫਿਊਚਰ ਬਾਰੇ ਉਹ ਦੱਸਦੇ ਸੀ ਵੀ ਆਹ ਚੀਜ਼ ਐਵੇਂ ਹੋਣੀ ਹੈ ਭਾਈ, ਠੀਕ ਹੈ। ਜੇ ਸਾਧ ਸੰਗਤ ਕੋਈ ਵੀ ਅਣਜਾਣ ਬੰਦਾ ਸਾਧ ਸੰਗਤ ਦਾ ਜਿਹੜਾ ਇਸ ਚੈਨਲ ਨਾਲ ਨਹੀਂ ਜੁੜਿਆ, ਜੇ ਉਹ ਸੁਣ ਲਿਆ, ਤੁਸੀਂ ਇੱਕ ਵਾਰੀ ਸੋਚ ਕੇ ਵੇਖੋ, ਅੱਜ ਤੋਂ ਪਹਿਲਾਂ ਵਾਲੇ ਸਤਸੰਗ ਸੁਣ ਲਓ, ਉਹਨਾਂ ਵਿੱਚ ਕੀ ਦੱਸਿਆ ਸੀ ਸਤਿਗੁਰ ਨੇ ਅਤੇ ਅੱਜ ਕੀ ਹੋ ਰਿਹਾ। ਸਾਰਾ ਪਰਿਵਾਰ ਵਿਖੜ ਗਿਆ, ਕੱਦ ਛੋਟਾ ਵੱਡਾ ਹੋ ਗਿਆ, ਅੱਖਾਂ ਦੇ ਸੈਂਪਲ ਬਦਲ ਗਏ, ਹੱਥਾਂ ਦੀਆਂ ਲਕੀਰਾਂ ਬਦਲ ਗਈਆਂ। ਇੱਦਾਂ ਦਾ ਸਤਿਗੁਰ ਨੇ ਕਿੱਦਾਂ ਕਿਹਾ ਸੀ ਵੀ ਕਿਹੜੇ ਵੇਲੇ ਇਹ ਚੀਜ਼ ਹੋ ਜੂਗੀ ਹੈ, ਕਿਹੜੇ ਪਾਸੇ ਜਾ ਰਹੇ, ਪ੍ਰੈਕਟੀਕਲ ਵੀ ਸਾਹਮਣੇ ਆ ਰਿਹਾ ਫਿਰ ਵੀ ਪਹਿਚਾਣੋ। ਜੇ ਪ੍ਰੈਕਟੀਕਲ ਨਾ ਹੋਵੇ ਸਾਡੇ ਕੋਲ ਆਓ, ਅਸੀਂ ਦਿਖਾਵਾਂਗੇ ਤੁਹਾਨੂੰ ਵੀ ਕੀ ਕੀ ਚੀਜ਼ ਹੈ, ਇਕੱਲੀ ਇਕੱਲੀ ਚੀਜ਼ ਰੱਖ ਦਾਂਗੇ ਕੱਢ ਕੇ। ਇਸ ਸੋਚ ਛੋਟੀ ਸਾਜ਼ਿਸ਼ ਨਹੀਂ ਵੱਡੀ ਸਾਜ਼ਿਸ਼ ਹੈ, ਸਤਿਗੁਰ ਇਹ ਚੀਜ਼ ਨੂੰ ਤੋੜੂਗਾ ਕੋਈ ਗੱਲ ਨਹੀਂ, ਪਰ ਉਸ ਤੋਂ ਪਹਿਲਾਂ ਸਮਝੋ ਇਹ ਨਾ ਹੋਵੇ ਵੀ ਤੁਸੀਂ ਵੀ ਪਾਪਾਂ ਦੇ ਭਾਗੀ ਬਣ ਜਾਓ ਉਸ ਚੀਜ਼ ਨੂੰ ਨਾਲ ਲੈ ਕੇ। ਆਉਣ ਵਾਲੇ ਇਤਿਹਾਸ ਦੇ ਵਿੱਚ ਇਹ ਨਾ ਲਿਖਿਆ ਜਾਵੇ ਵੀ ਅਸੀਂ ਕਿਤੇ ਸਤਿਗੁਰ ਨੂੰ ਪਿੱਛੇ ਕਰਨ ਦੇ ਵਿੱਚ ਅਸੀਂ ਵੀ ਨਾਲ ਲੱਗੇ, ਜਿਹੜਾ ਤੁਸੀਂ ਫੰਡ ਦੇ ਰਹੇ ਹੋ ਜੋ ਵੀ ਕੁਛ ਕਰ ਰਹੇ ਹੋ ਤੁਸੀਂ, ਇਹ ਸਭ ਉਸ ਜਮਹੂਰੀ ਦੇ ਲਈ ਜਾ ਰਿਹਾ ਜੋ ਵਾਰ ਵਾਰ ਬਾਹਰ ਆ ਰਿਹਾ, ਠੀਕ ਹੈ। ਇਸ ਕਰਕੇ ਸਮਝੋ ਕਿਸੇ ਨੂੰ ਕੋਈ ਦਿੱਕਤ ਹੈ, ਕੋਈ ਪਰੇਸ਼ਾਨੀ ਹੈ, ਕੋਈ ਚੀਜ਼ ਐਂ ਲੱਗਦੀ ਵੀ ਅਸੀਂ ਝੂਠ ਬੋਲ ਰਹੇ ਹਾਂ, ਤਾਂ ਅਸੀਂ ਉਸ ਚੀਜ਼ ਦਾ ਤੁਹਾਨੂੰ ਪਰੂਫ ਦੇਵਾਂਗੇ, ਸਮਝੋ, ਪੂਰਾ ਪਰੂਫ ਦੇਵਾਂਗੇ ਇਸ ਚੀਜ਼ ਨੂੰ, ਸਮਝੋ ਤੁਸੀਂ ਪਲੀਜ਼। ਸਤਿਗੁਰ ਨੂੰ ਪਹਿਚਾਣੋ ਯਾਰ, ਥੈਂਕ ਯੂ।